ਮਾਧਿਅਮ ਹੈ ਤੇ ਪਿੱਲਰ ਆ ਡੈਮੋਕ੍ਰੇਸੀ ਦਾ, ਜਿਹੜਾ ਕਿ ਇੱਕ ਕਿਸੇ ਵੀ ਪੁਆਇੰਟ ਨੂੰ ਚੁੱਕ ਕੇ ਇਹ ਪੂਰੇ ਵਰਲਡ ਵਿੱਚ ਦੱਸਦਾ ਹੈ। ਅੱਜ ਇਹ ਪ੍ਰੈਸ ਕਾਨਫਰੰਸ ਪਾਕਿਸਤਾਨ ਟੈਰਰਿਸਟ ਨੇ ਜਿਹੜੀ ਹਰਕਤ ਕੀਤੀ ਹੈ ਉਹਦੇ ਖਿਲਾਫ ਇੱਕ ਸਿੱਖ ਬੱਚੀ ਨੂੰ ਨਨਕਾਣਾ ਸਾਹਿਬ ਦੇ ਵਿੱਚ ਫੋਰਸਫੁਲੀ ਉਹਦਾ ਧਰਮ ਜਿਹੜਾ ਹੈ ਉਹ ਤਬਦੀਲ ਕੀਤਾ ਗਿਆ, ਕਨਵਰਟ ਕੀਤਾ ਗਿਆ ਔਰ ਉਹਦੇ ਨਾਲ ਜ਼ਬਰਦਸਤੀ ਸ਼ਾਦੀ ਕੀਤੀ ਗਈ। ਪੂਰਾ ਇਸ ਵਕਤ ਸਿੱਖ ਜਗਤ ਜਿਹੜਾ ਹਿੰਦੁਸਤਾਨ 'ਚ ਨਹੀਂ ਪੂਰੇ ਵਰਲਡ ਦੇ ਵਿੱਚ ਉਹ ਇਹਦੀ ਪੁਰਜ਼ੋਰ ਰਿਜ਼ੈਂਟਮੈਂਟ ਕਰਦਾ ਲੱਗਦਾ। ਹਿੰਦੁਸਤਾਨੀਆਂ ਦੇ ਵਿੱਚ ਸਾਰਿਆਂ ਦੇ ਵਿੱਚ ਇਹ ਇਸ ਵਕਤ ਰਿਜ਼ੈਂਟਮੈਂਟ ਹੈ। ਠੀਕ ਹੈ, ਇੱਕ ਉਹ ਜਿਹੜੇ ਪਾਕਿਸਤਾਨ ਦੇ ਵਿੱਚ ਫੰਡਾਮੈਂਟਲਿਸਟ ਨੇ ਜਬਰਨ ਫੋਰਸਫੁਲੀ ਇੱਕ ਸਿੱਖ ਬੱਚੀ ਦੀ ਜਿਹੜੀ ਹੈ ਉਹ ਧਰਮ ਪਰਿਵਰਤਨ ਕੀਤਾ ਗਿਆ ਔਰ ਜ਼ਬਰਦਸਤੀ ਉਹਦੇ ਨਾਲ ਸ਼ਾਦੀ ਕੀਤੀ ਗਈ ਔਰ ਗਨ ਪੁਆਇੰਟ 'ਤੇ ਉਸਨੂੰ ਇਹ ਕਿਹਾ ਗਿਆ ਕਿ ਤੂੰ ਜਾ ਕੇ ਅਗਰ ਬਿਆਨ ਨਹੀਂ ਦੇਗੀ ਤੇਰੇ ਸਾਰਾ ਅਸੀਂ ਫੈਮਿਲੀ ਮਾਰ ਦੇਵਾਂਗੇ ਔਰ ਉਸ ਵਜ੍ਹਾ ਨਾਲ ਉਸਨੂੰ ਮਜਬੂਰ ਕੀਤਾ ਗਿਆ ਤਾਂ ਕਿ ਉਹ ਬੋਲ ਨਾ ਸਕੇ। ਇਹ ਕਦੇ ਵੀ ਬਰਦਾਸ਼ਤ ਨਹੀਂ ਕੀਤਾ ਜਾਏਗਾ। ਪੂਰਾ ਸਿੱਖ ਜਗਤ ਇਸ ਵਕਤ ਗੁੱਸੇ 'ਚ ਹੈ ਔਰ ਇਸ ਨਾਲ ਨਫ਼ਰਤ ਪੈਦਾ ਹੁੰਦੀ ਹੈ। ਮੈਂ ਇਮਰਾਨ ਖਾਨ ਸਾਹਿਬ ਨੂੰ ਕਹਾਂਗਾ ਕਿ ਉਹ ਜਲਦ ਤੋਂ ਜਲਦੀ ਦੇ ਐਕਸ਼ਨ ਲੈ ਕੇ ਜਿਹੜੇ ਮੁਜਰਮ ਨੇ ਉਹ ਕਲਪ੍ਰਿਟਸ ਨੇ ਉਹਨਾਂ ਨੂੰ ਬੁੱਕ ਕਰਨ ਔਰ ਜਿਹੜੀ ਬੱਚੀ ਹੈ ਉਹਦੇ ਪੇਰੈਂਟਸ ਨੂੰ ਉਹਦੇ ਹਵਾਲੇ ਕੀਤੀ ਜਾਏ। ਔਰ ਮੈਂ ਹਿੰਦੁਸਤਾਨ ਦੇ ਆਪਣੇ ਆਨਰੇਬਲ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਇਹ ਗੱਲ ਕਹਾਂਗਾ ਕਿ ਇਸ ਇਸ਼ੂ ਨੂੰ ਇੰਟਰਨੈਸ਼ਨਲਾਈਜ਼ ਕੀਤਾ ਜਾਏ ਕਿਉਂਕਿ ਇਹ ਹਿਊਮਨ ਰਾਈਟਸ ਹੈ। ਜ਼ਬਰਦਸਤੀ ਕਿਸੇ ਨਾਲ ਕੋਈ ਗੱਲ ਨਹੀਂ ਕਰਨੀ, ਇਹ ਕਦੇ ਵੀ ਬਰਦਾਸ਼ਤ ਦੇ ਕਾਬਲ ਨਹੀਂ ਹੈ। ਔਰ ਸਿੱਖ ਕੌਮ ਨੇ ਅੱਜ ਤੱਕ ਹਮੇਸ਼ਾ ਹੀ ਦੂਸਰੇ ਦੀਆਂ ਬਹੁ ਬੇਟੀਆਂ ਦੀ ਇੱਜ਼ਤ ਜਿਹੜੀ ਆ ਬਚਾਈ ਹੈ ਔਰ ਆਪਣੀ ਬੱਚੀ ਦੀ ਇੱਜ਼ਤ ਬਚਾਉਣ ਦੇ ਲਈ ਅਸੀਂ ਕਈ ਕੁਰਬਾਨੀਆਂ ਕਰ ਸਕਦੇ ਹਾਂ ਔਰ ਇਸ ਦੇ ਜਿਹੜੇ ਰਿਜ਼ਲਟਸ ਨੇ, ਮੈਂ ਪਾਕਿਸਤਾਨ ਦੇ ਫੰਡਾਮੈਂਟਲਿਸਟ ਨੂੰ ਵਾਰਨ ਕਰਦਾ ਕਿ ਇਹਦੇ ਰਿਜ਼ਲਟਸ ਜਿਹੜੇ ਨੇ ਉਹ ਠੀਕ ਨਹੀਂ ਨਿਕਲਣਗੇ ਔਰ ਅਗਰ ਕੋਈ ਅਨਟੂਵਾਂਟ ਇੰਸੀਡੈਂਟਸ ਹੋਣਗੇ ਤਾਂ ਉਹਦੇ ਜਿਹੜੇ ਕਸੂਰਵਾਰ ਹੈ ਉਹ ਫੰਡਾਮੈਂਟਲਿਸਟ ਹੋਣਗੇ। ਔਰ ਮੈਂ ਆਪਣੇ ਫੋਰਨ ਮਿਨਿਸਟਰ ਨੂੰ ਵੀ ਗੱਲ ਕਹਾਂਗਾ ਕਿ ਇਸ ਨੂੰ ਇੰਟਰਨੈਸ਼ਨਲ ਫੋਰਮ 'ਤੇ ਚੁੱਕ ਕੇ ਹਿਊਮਨ ਰਾਈਟਸ ਦੀ ਜਿਹੜੀ ਇਹ ਗੱਲ ਹੈ ਇਸ ਨੂੰ ਪਾਕਿਸਤਾਨ ਨੂੰ ਨੰਗਾ ਕੀਤਾ ਜਾਏ ਤਾਂ ਕਿ ਜਿਹੜੀ ਸਿੱਖ ਬੱਚੀ ਹੈ ਉਸ ਨੂੰ ਉਹਦੇ ਵਾਪਸ ਪੇਰੈਂਟਸ ਤੱਕ ਪਹੁੰਚਾਇਆ ਜਾ ਸਕੇ।